सत श्री अकाल जी पंजाब हरियाणा हिमाचल वेखन वाले साडे सारे दर्शकों का मैं जसमीत कौर इस्तकबाल कर दिया। ते आज सब तो पहला साडे सारे दर्शकों नूं लोहड़ी दी ढेर सारी मुबारक। अरदास करदे आं कि सब दी लोहड़ी वधिया रहे ते सेहत याब रहो। तां जी मीडिया दे वेड़े दे विच वी लोहड़ी दीआं रौनकां वेखण नूं मिलीआं ने, जिथे फिल्म ड्रामे वाले दी स्टार कास्ट नाल जी मीडिया ने लोहड़ी दा त्यौहार मनाया। उत्थे इस मौके गुरद्वारा बुंगा माता गंगा साहिब दे बाबा मनजीत सिंह वी लोहड़ी दे प्रोग्राम दे मौके जी मीडिया दे वेड़े पहुंचे। इस मौके वातावरण बचाउण ते तीआं दी लोहड़ी मनाउण दा सुनेहा दित्ता गया। आओ सारे मिलके किस तरह दे नाल लोहड़ी दा त्यौहार मनाया, साडी खास रिपोर्ट देखते हैं। ਸੱਸ ਮੇਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ ਬਈ ਸੌਰਾ ਮੇਰਾ ਪੂਜਣ ਲੱਗਾ ਹੋ ਸੌਰਾ ਮੇਰਾ ਪੂਜਣ ਲੱਗਾ ਲੈ ਕੇ ਲਾਲ ਫਲਕਾਰੀ ਜੋਤ ਜਗਾਉਂਦੇ ਨੇ ਦਾੜੀ ਫੂਕਲੀ ਸਾਰੀ 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 ਜੋਤ ਬਈ ਉਰਲੇ ਪਾਸੋਂ ਆਪਸੀ ਚੜਦਾ ਪਰਲੇ ਪਿੰਡ ਤੋਂ ਕੁੜੀ ਕੁਵਾਰੀ ਫੇਰ ਦੱਸੋ ਪੜ੍ਹਨਾ ਕਿਹਨੇ ਸੀ ਉਹ ਫੇਰ ਦੱਸੋ ਪੜ੍ਹਨਾ ਕਿਹਨੇ ਸੀ ਲਾਗੀ ਇਸ਼ਕ ਖਮਾਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਫੇਲ ਕਰਾਤਾ ਨੀ ਲੋਹੜੀ ਦੇ ਖੁਸ਼ੀਆਂ ਭਰੇ ਤਿਉਹਾਰ ਦੇ ਵਿੱਚ ਅੱਜ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਵਿਹੜੇ ਦੇ ਵਿੱਚ ਸਮਾਜ ਸੇਵੀ ਅਤੇ ਬਾਬਾ ਮਨਜੀਤ ਸਿੰਘ ਜੀ ਗੰਗਾ ਨਰਸਰੀ ਵਾਲੇ ਪਹੁੰਚੇ ਨੇ, ਜਿਨ੍ਹਾਂ ਵੱਲੋਂ ਖਾਸ ਤੌਰ 'ਤੇ ਧਰਤੀ ਨੂੰ ਬਚਾਉਣ ਵਾਸਤੇ ਪੇੜ ਪੌਦੇ ਲਗਵਾਏ ਜਾ ਰਹੇ ਨੇ। ਤਾਂ ਉੱਥੇ ਖਾਸ ਤੌਰ 'ਤੇ ਇਹ 13ਵੀਂ ਵਾਰ ਸੀਸ ਮਾਰਗ ਯਾਤਰਾ ਦਿੱਲੀ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ ਤੱਕ ਜੋ ਯਾਤਰਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਲੈ ਕੇ ਸੀਸ ਮਾਰਗ ਯਾਤਰਾ ਪਹੁੰਚਦੀ ਹੈ, ਉਸ ਯਾਤਰਾ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ। ਗੱਲਬਾਤ ਕਰਾਂਗੇ, ਸਾਡੇ ਨਾਲ ਬਾਬਾ ਜੀ ਮੌਜੂਦ ਨੇ। ਬਾਬੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਪਰਿਵਾਰ ਨੂੰ ਅਤੇ ਸਾਰੇ ਸੰਸਾਰ ਨੂੰ ਅੱਜ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ। ਸਾਰੇ ਸਟਾਫ ਦਾ, ਸ਼੍ਰੀਮਾਨ ਜੀ ਦੀਪਕ ਜੀ ਇਹਨਾਂ ਦਾ ਅਤੇ ਸਾਰੇ ਪਰਿਵਾਰ ਦਾ ਹੀ, ਜੋ ਇਹਨਾਂ ਨੇ ਵਡਮੁੱਲਾ ਸਹਿਯੋਗ ਬਖਸ਼ਿਆ ਸੀਸ ਮਾਰਗ ਯਾਤਰਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਾਰਜ ਸੀ ਦਿੱਲੀ ਦੇ ਚਾਂਦਨੀ ਚੌਂਕ ਤੋਂ ਆਨੰਦਪੁਰ ਸਾਹਿਬ ਤੱਕ, ਅਤੇ ਉਹਦੇ ਲਈ ਧੰਨਵਾਦ ਕਰਨ ਦਾ ਮਨ ਸੀ। ਅਤੇ ਅੱਜ ਸਮਾਂ ਮਿਲਿਆ ਅਤੇ ਲੋਹੜੀ ਦਾ ਵੀ ਤਿਉਹਾਰ ਹੈ, ਮਨਾ ਰਹੇ ਖੁਸ਼ੀਆਂ ਵਾਲਾ। ਅਤੇ ਮੇਰੀ ਬੇਨਤੀ ਹੈ ਸਾਰੇ ਸੰਸਾਰ ਨੂੰ ਹੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਜਿਹੜਾ ਸੁਨੇਹਾ, ਗੁਰੂ ਨਾਨਕ ਸਾਹਿਬ ਦਾ ਆਦੇਸ਼ ਸੰਦੇਸ਼ ਉਪਦੇਸ਼, ਆਪਾਂ ਜਿਹੜੇ ਸਾਰੇ ਤਿਉਹਾਰ ਹੈ ਸਾਡੇ, ਇਹਨਾਂ ਨੂੰ ਇਸ ਤਰੀਕੇ ਮਨਾਈਏ, ਧਰਤੀ ਨੂੰ ਬਚਾਈਏ, ਪਾਣੀ ਨੂੰ ਬਚਾਈਏ, ਪੌਣ ਨੂੰ ਬਚਾਈਏ, ਵੱਧ ਤੋਂ ਵੱਧ ਬੂਟੇ ਲਾਈਏ, ਚਾਹੇ ਉਹ ਦਿਵਾਲੀ ਦਾ ਤਿਉਹਾਰ ਹੋਵੇ, ਚਾਹੇ ਉਹ ਲੋਹੜੀ ਦਾ ਤਿਉਹਾਰ ਹੋਵੇ, ਆਪਾਂ ਯਤਨ ਕਰੀਏ। ਅਤੇ ਇਸੇ ਇਹੀ ਸੁਨੇਹਾ ਲੈ ਕੇ ਮੈਂ ਅੱਜ ਇੱਥੇ ਆਇਆ, ਨਾਲੇ ਧੰਨਵਾਦ ਅਤੇ ਨਾਲੇ ਗੁਰੂ ਨਾਨਕ ਸਾਹਿਬ ਦਾ ਸੁਨੇਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਜਿਹੜਾ ਸੁਨੇਹਾ ਉਹ ਅਸੀਂ ਹੁਣ ਦੇਵਾਂਗੇ। ਕਹਿ ਸਕਦੇ ਬਿਲਕੁਲ, ਜਿਸ ਤਰੀਕੇ ਦੇ ਨਾਲ ਪੇੜ ਪੌਦੇ ਲਗਾਏ ਜਾਣਗੇ ਉਸੇ ਤਰੀਕੇ ਵਾਤਾਵਰਨ ਬਚਾਇਆ ਜਾਵੇਗਾ। ਸਾਡੇ ਜੋ ਸੰਪਾਦਕ ਨੇ ਸ਼੍ਰੀ ਦੀਪਕ ਧਮਾਨ ਜੀ, ਉਹਨਾਂ ਨੂੰ ਜਿਹੜਾ ਕਿ ਇੱਕ ਪੌਦਾ ਭੇਂਟ ਕੀਤਾ ਜਾ ਰਿਹਾ ਬਾਬਾ ਮਨਜੀਤ ਸਿੰਘ ਜੀ ਇਹ ਜੋ ਗੰਗਾ ਨਰਸਰੀ ਵਾਲੇ ਨੇ, ਕਿਉਂਕਿ ਅਕਸਰ ਕਹਿ ਸਕਦੇ ਕਿ ਇਹ ਜਦੋਂ ਪੇੜ ਪੌਦੇ ਵਾਤਾਵਰਨ 'ਤੇ ਲੱਗਣਗੇ ਤਾਂ ਉਸ ਦੇ ਨਾਲ ਕਿਤੇ ਨਾ ਕਿਤੇ ਵਾਤਾਵਰਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸੰਤੁਲਨ ਹੋਏਗਾ। ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਗ੍ਰੀਨ ਗੰਗਾ ਲਹਿਰ ਜੋ ਜੀਰਕਪੁਰ ਹੈ, ਅਤੇ ਬਾਬਾ ਜੀ ਇਸ ਚੀਜ਼ ਦੀ ਲਗਾਤਾਰ ਅਗਵਾਈ ਕਰ ਰਹੇ ਨੇ। ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਕਹਿ ਸਕਦੇ ਆ ਪੇੜ ਪੌਦੇ ਲਗਾਉਣ ਦੀ ਗੱਲ ਹੋਵੇ, ਅਤੇ ਉਸ ਦੇ ਵਿੱਚ ਖਾਸ ਤੌਰ 'ਤੇ ਬਹੁਤ ਵਡਮੁੱਲਾ ਯੋਗਦਾਨ ਜੋ ਬਾਬਾ ਜੀ ਦੀ ਨਰਸਰੀ ਆ, ਗੰਗਾ ਨਰਸਰੀ, ਉਹਨਾਂ ਵੱਲੋਂ ਪਾਇਆ ਜਾ ਰਿਹਾ। ਖਾਸ ਤੌਰ 'ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਇੱਕ ਜੋ ਵਡਮੁੱਲੀ ਤਸਵੀਰ ਆ ਜੋ ਸੀਸ ਮਾਰਗ ਯਾਤਰਾ 2023 ਦੇ ਨਾਲ ਕਹਿ ਸਕਦੇ ਸੰਬੰਧ ਰੱਖਦੀ ਹੈ, ਗੁਰੂ ਤੇਗ ਬਹਾਦਰ ਜੀ ਦਾ ਸੀਸ ਜਿਸ ਰਾਸਤੇ ਦੇ ਰਾਹੀਂ ਕਹਿ ਸਕਦੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਿਆ ਸੀਗਾ, ਤਾਂ ਇਹ ਤੁਸੀਂ ਤਸਵੀਰਾਂ ਦੇ ਵਿੱਚ ਜਿਹੜਾ ਕਿ ਦੇਖ ਸਕਦੇ ਹੋ ਕਿ ਜੋ ਇੱਕ ਸੁੰਦਰ ਤਸਵੀਰ ਜਿਸ ਦੇ ਵਿੱਚ ਕਹਿ ਸਕਦੇ ਹਾਂ ਹਰ ਇੱਕ ਵਿਅਕਤੀ ਦੀ ਜਿੰਦ ਜਾਨ ਜੁੜੀ ਹੁੰਦੀ ਆ, ਅਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਖਾਸ ਤੌਰ 'ਤੇ ਇਹ ਜੋ ਤਸਵੀਰ ਹੈ ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੀਸ ਮਾਰਗ ਯਾਤਰਾ
गुरु तेग बहादुर जी की यह तस्वीर कह सकते हर एक व्यक्ति का सिर झुकदा गुरु तेग बहादुर जी की शहादत दे अगे किस तरीके दे नाल अपनी कुरबानी कह सकते दिती अते अज लोहड़ी के त्यौहार के मौके क्योंकि हरेक त्यौहार कह सकते हैं यादगार होना चाहिए अते यादा उस समय होंदियां ने जो कोई चीज़ लगाई जाए अते एक दरख्त ने जिहड़े कि बूटे ने जो कह सकते रुख ने वह भेंट किए जा रहे हैं तुसीं तस्वीरां दे विच देखोगे अते क्योंकि हर एक व्यक्ति नूं जो सीस मार्ग यात्रा की शुरुआत हुई सीगी दिल्ली तो लैके आनंदपुर साहब तक सीस मार्ग यात्रा गई अते रास्ते जिन्हें भी व्यक्ति मिले हरेक व्यक्ति एक एक रुख लगाने की जी अपील कह सकते हैं की गई जिहड़ा जे जिस पासे हुण दुनिया जा रही है तो जिहड़ियां जे एक वड्डियां चुनौतियां ने वड्डे चैलेंज ने मानवता दे अगे ते मनुखता दे अगे सारे उन्हां वास्ते बहुत जरूरी है कि एक जिहड़ा जे वातावरण हैगा है वह साफ सुथरा होवे ते इस लई जिहड़ा इन्हां दा योगदान है बहुत वड्डा योगदान है तो असीं इन्हां दे धन्नवादी हाँ तो जी परिवार की कोशिश रहेगी अगे भी हर उपराले असीं गज वज के इन्हां दे नाल चलांगे 2024 की जो लोहड़ी है खुशियां भरी लोहड़ी है इस दे विच एक जो योगदान है बाबा जी वालों और तुसीं तस्वीरां दे विच देख सकते हो कि हुण जिहड़े कि साढ़े वख वख सहयोगी ने उन्हां नूं एक एक रुख है जिहड़ा कि वह भेंट किया जा रहा है कि हर व्यक्ति ये उस बूटा जां कह सकदे वख वख तरह दियां जिहड़ियां कि नर्सरी दे विचों ओह बाबा जी ने चीज़ां बनाईआं होईआं ने बूटे होण उन्हां दे विच रुख होण हरेक चीज़ है तो उस नूं अगे जिहड़ा कि होर योगदान पाउण दी कोशिश की जा रही है बहुत वधिया लगता जदों अजिहियां कह सकदे महान व्यक्ति जिहड़े कि कह सकदे आ उह मंच ते जां साडे वेड़े पहुँचते हैं तो उन्होंने साढ़े वेड़े दे विच बहुत बहुत जी आयां नूं जिहड़ा कि असीं करते हैं क्योंकि ये जिस समय खुशी सांझी करनी हुंदी है तो खुशी सांझी करन दे विच कह सकते हैं जिहड़े कि होर जिहड़ा योगदान पाया जाता इस तो बाद मेरे जो सहयोगी कृष्ण ने उन्होंने ओवर टू तो बिल्कुल लोहड़ी का त्यौहार है तो इस मौके वातावरण को बचाने के लिए तमाम जिहड़े है वह उपराले किए जा रहे हैं तो जी पंजाब हिमाचल के वेड़े दे विच जी पंजाब ना हिमाचल तुहाडा अपना चैनल ग्राउंड जीरो तो जिथे खबरों प्रमुखता नाल तुहाडे तक लैके आउंदा है पर उत्थे साडा फर्ज बन जांदा है कि साडे तमाम जिहड़े रीति रिवाज ने वो किवें सुरजीत रखे जान उन्हां नूं लैके भी एक वड्डी जिहड़ी चर्चा हुंदी है सो इस करके जी पंजाब ना हिमाचल दा वीडियो तुसीं देख रहे हो जिथे कि तमाम तरह दीआं तैयारियां कीतीआं होईआं हन खुशबू गुड़ दी मिठास मक्की दी रोटी ते सरों दा साग ते दिल विच खुशियां ते अपनियां दे लई प्यार मुबारक होवे तुहानू लोहड़ी दा त्यौहार खास तौर पर कह सकते हैं कि लोहड़ी का त्यौहार जो खुशियां का एक त्यौहार है इस खुशियां के त्यौहार के साडा परिवार जो साडे दर्शक ने उन्होंने नाल एक सांझा समागम असी अज कह सकते हैं जी पंजाब हरियाणा हिमाचल के वेड़े करन जा रहे हैं जिस दे विच कह सकते हैं बहुत बहुत महान व्यक्ति पहुँचणगे पर उस तो पहला जो शुरुआत है कह सकते हैं उस त्यौहार की शुरुआत करांगे साडे नाल साडे जी पंजाब हरियाणा हिमाचल के संपादक श्री दीप धमान जी मौजूद ने उन्होंने पहला इजाजत लवांगे सर सब तो पहला लोहड़ी के त्यौहार दी मुबारक अते साडे दर्शकों नूं जी परिवार वालों जी परिवार के सारे श्रोते जिहड़े हैगे जी देखते हैं उन्होंने सारयां नूं लख लख वधाइयां तो कमल ने जिहड़ी गल की इजाजत दी खुशियां दी कदे भी इजाजत नहीं लई दी खुशी साडा हुण ये कोशिश रहेगी कि जिहड़ा आने वाला साल हैगा वो इन्नियां कु खुशियां पूरे पंजाब सूबे दे विच होण कि जिहड़ा पवित ने कहा कि कोई अपणियां दा त्यौहार हुंदा है तो कोई भी अपना किसी तो कोई विछोड़ा ना होवे किसी दा तो सच्चे पातशाह वाहेगुरू इन्ना क सारयां नूं माण बख्शे कि सारे इत्थे बिल्कुल अपना जिहड़ा निरोग रहन इस साल दे विच ते अग्गे वधन ते नवीं खुशियां ते होर जिहड़ियां नवीं ऊंचाइयां उहनूं हासिल करन जी बिल्कुल ते इसी वधाई दे नाल मैं रिक्वेस्ट करूंगी अपने संपादक साहब नूं कि सब तो पहला वो साडे जो जी दे वेड़े दे विच अज शुरुआत करन इस खुशियां दी मैं नाल ही रिक्वेस्ट करूंगी अपने जी दे परिवार नूं कि वो भी साडे नाल इत्थे पहुंचण ते अज दा दिन बहुत खास है क्योंकि बहुत ही घट मौके इदां दे हुंदे आ जद जी दा पूरा परिवार इकट्ठे फेस्टिवल्स दे विच शामिल हुंदा है खुशियां अपणियां दे नाल सांझी करदे ने ते शुरुआत करदे आ अज इस लोहड़ी से समा हुंदा जो कह सकते जी पंजाब हरियाणा हिमाचल का पूरा परिवार इकट्ठा हुंदा क्योंकि साडा परिवार छोटा मोटा परिवार नहीं गा पंजाब हरियाणा चाहे हिमाचल होवे उस दे विच
वसदे लखां साडे दर्शक ओ साडे परिवार दा हिस्सा ते अज उस परिवार दे नाल जो इत्थे हाजरी लवा सके ने उहनां दे नाल अते जो नहीं हाजरी लवा सके उहनां दे घरां तक जिहड़ा कि इह खुशी सांझी करन दा जिहड़ा कि अज मौका मिल रिहा अते तुसीं तस्वीरां दे विच देखोगे कि क्योंकि हर एक खुशी हर एक व्यक्ति दे नाल सांझी करनी चाहीदी आ। अज दी लोहड़ी बहुत एक अहम लोहड़ियां दे विच लोहड़ी होवेगी जिस दे विच कह सकदे आ तुहानूं पूरा एंटरटेनमेंट भी करावांगे अते इस त्यौहार दे विच इक सांझ भी जिहड़ी तुहाडे नाल पावांगे। जी बिल्कुल, अज साडे विच चंडीगढ़ यूनिवर्सिटी दी ओह भंगड़े अते गिद्दे वाली टीम पहुंची है जो कि इंटरनेशनल फेस्टिवल्स दे विच रिप्रेजेंट कर चुके ने पंजाब नूं ते आने वाले समय दे विच 26 जनवरी नूं ओह राजपथ दे उपर जिहड़े परफॉर्म भी करनगे भंगड़ा ते पंजाब दा नां रोशन करनगे। होर भी सितारे साडे विच इत्थे पहुंचे होए ने, हरीश वर्मा, शरण कौर जो कि अपनी मूवी दी प्रमोशन दे नाल नाल साडे जी पंजाब हरियाणा हिमाचल दे जो दर्शक ने उहनां दा मनोरंजन भी करनगे। बहुत ही खास दिन है अज जी पंजाब हरियाणा हिमाचल दे जो लोकी ने उहनां दे लई। तो बिल्कुल देखो, खास तौर पर लोहड़ी के त्यौहार की शुरुआत हो चुकी है। साडे संपादक श्री दीप धमान जी ने जो शुरुआत की है तो साडा पूरा स्टाफ जो साडा पूरा परिवार कह सकते हैं वह इस लोहड़ी के त्यौहार के साडे नाल सांझ पा रहे। साडे अहम कह सकते सहयोगी ने जिहड़े चंडीगढ़ यूनिवर्सिटी तो हुण चाहे कह सकते होर वख वख कलाकार हुण वह अज इस त्यौहार के साडे नाल खुशियां सांझियां कर रहे हैं। जी बिल्कुल कमल, मैं होर एक चीज साडे दर्शकों नूं दसना चाहूंगी कि प्रतीक साडे विच पहुंचे ने जो कि बहुत ही प्रसिद्ध लोक गायक ने पंजाब के अखाड़ों के अक्सर असी उन्होंने देखा होगा सुनिया होगा बट अज उस जी दे वेड़े दे विच पहुंचे ने ते चार चन्न लगाने दे लई असी कह सकते खुशियां भरे होणगे लोक बोलियां दे नाल जिहड़ी कि इस त्यौहार की शुरुआत होगी। तो बिल्कुल असीं हुण अपने जो हरीश वर्मा जी ने उन्होंने मंच से अपील करांगे ये जिहड़े कि वह मंच से पहुंचन, खास तौर पर उन्होंने जो फिल्म आ रही है वह फिल्म की प्रमोशन होगी नाल जिहड़े कि असीं अपने दर्शकों के नाल जिहड़ी कि खुशी सांझी करांगे। जी बिल्कुल, मैं रिक्वेस्ट करूंगी हरीश वर्मा जी नूं कि वह साडे नाल मंच से पहुंचन। हरबंस कौर उन्होंने नाल जो सर मैम भी इत्थे स्टेज पर पहुंचन, अपनी इस लोहड़ी की जो सैलीब्रेशन है उन्होंने साडे जी पंजाब हरियाणा हिमाचल के जो दर्शक ने उन्होंने नाल सांझी करन। तो बिल्कुल ड्रामे वाली टीम, क्योंकि फिल्म का नाम है ड्रामे वाले पहुंच चुके ने साडे विचकार अते खुशियां दुगनिया तिगड़िया होणगियां क्योंकि इस दे विच लोक बोलियां होणगियां, फिल्मां दा गल होवेगी अते पूरे ड्रामे दी वी गल जिहड़ी होवेगी। सब तो पहला जो कह सकते हैं लोहड़ी दे त्यौहार दे विच बोल बोले जांदे ने ईश्वर आदि हमेशा प्यार दें सपोर्ट दें सानू। फिल्म लैके आ रहे हैं ड्रामे वाले 19 जनवरी सिनेमा घर फिल्म बहुत खूबसूरत बनी है और फिल्म के ट्रेलर भी प्यार मिलया। ट्रेलर जिन्होंने देखे उन्होंने पता होना सी फिल्म च कि गल कहना चाहते हैं, जिन्होंने नहीं देखा वो जरूर ट्रेलर देखियो तो समझ लगेगा कि यह फिल्म प्यार अमन शांति यह सांझ नूं वधाउण वाली गल करती है। सो उम्मीद करते हैं कि 19 जनवरी नूं तुसीं जाओगे फिल्म देखण ड्रामे वाले ते मेरे नाल बहुत खूबसूरत शरण कौर, इस तो पहला कि इन्हों का नाम गलत प्रोनाउंस हो शरण कौर। जी बिल्कुल शरण, तुसी आज जी दे वेड़े दे विच पहुंचे हो, दर्शकों नूं की कुछ कहना चाहोगे? चाह बहुत ज्यादा, एक तो तुहाडी फिल्म दा तां है ही, उस तों इलावा लोहड़ी दा भी चाह बहुत ज्यादा है। वैसे तो मैंने लगता पंजाब से जो लोहड़ी आती है सारे बहुत धूमधाम नाल मनाते हैं, पर मेरे लिए स्पेशल इसलिए है कि मैं जदों दी मतलब मैं शिफ्ट हुई है बॉम्बे, घट्टो घट्ट मैं 10 साल बाद लोहड़ी मना रही हूँ और मैं अपनी मूवी की प्रमोशन थ्रू तो आई थिंक मैं बहुत ज़्यादा खुश हाँ और सारे दर्शकों नूं लोहड़ी दियाँ बहुत बहुत ज़्यादा मुबारक और असी बहुत फुल ऑन कॉमेडी लेकर आए हैं, रोमांस है, इमोशंस ने बहुत वधिया मैसेज देने की कोशिश की है ड्रामे वालों के थ्रू जो कि 19 जनवरी को रिलीज़ हो रही है। सो मैं थोड़े अगे भी रिक्वेस्ट करांगी तुसी अपनी ऑडियंस नूं कहो कि जाके जरूर अपना कीमती टाइम कढ के देख के सिनेमाघर जिथे मूवी लगन जा रही है, पर अज मैं कहूँ ड्रामे वाले साडे वेड़े पहुंचे हैं। बिल्कुल हरीश, सही कहना मैं? जी बिल्कुल सही कहा। पर अज लोहड़ी का त्यौहार, लोहड़ी के त्यौहार कोई बोली हो जाए क्योंकि खास तौर पर कलाकारी अदाकारी जुड़े हुए। बारी बरसी खटन गया सी बारी
ਦੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਆਲੇ ਢੋਲੀ ਮੈਂ ਆਪੇ ਚੱਕਦਾ ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਆਲੇ ਮੈਂ ਕਿਹਾ ਆ ਗਏ ਜੀ ਸੱਜ ਧੱਜ ਕੇ ਡਰਾਮੇ ਵਾਲੇ ਆ ਗਏ ਜੀ ਸੱਜ ਧੱਜ ਕੇ ਡਰਾਮੇ ਵਾਲੇ ਬਿਲਕੁਲ ਦੇਖੋ ਡਰਾਮੇ ਵਾਲਿਆਂ ਨੇ ਬੋਲੀ ਆਪਦੀ ਪੂਰੀ ਹੋ ਲਈ ਹੈ ਐਸ਼ਰ ਕਿਸ ਤਰੀਕੇ ਦਾ ਲੱਗ ਰਿਹਾ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਬੜੇ ਸਾਲਾਂ ਬਾਅਦ ਸਮਾਂ ਲੱਗਿਆ ਲੋਹੜੀ ਮਨਾਉਂਦਾ ਉਹ ਵੀ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਵਿਹੜੇ ਆਏ ਹੋ ਹਾਂਜੀ ਕਿਉਂਕਿ ਜਦੋਂ ਕੰਮ 'ਚ ਬਿਜ਼ੀ ਹੋ ਜਾਈਦਾ ਮੈਂ ਵੈਸੇ ਤਾਂ ਪੰਜਾਬ ਤੋਂ ਗੁਰਦਾਸਪੁਰ ਤੋਂ ਬਿਲੋਂਗ ਕਰਦੀ ਹਾਂ ਪਰ ਜਦੋਂ ਤੇ ਕੰਮ ਸਟਾਰਟ ਕਰਤਾ ਮੈਂ ਬਹੁਤ ਮਿਸ ਕਰਦੀ ਸੀ ਬਟ ਬਹੁਤ ਖੁਸ਼ ਹਾਂ ਕਿ ਮੈਨੂੰ ਲੋਹੜੀ ਇਸ ਤਰੀਕੇ ਨਾਲ ਮੈਂ ਮਨਾ ਰਹੀ ਹਾਂ ਆਈ ਥਿੰਕ ਮੈਂ ਦੋ ਤਿੰਨ ਲੋਹੜੀਆਂ ਮਨਾ ਲਈਆਂ ਨੇ ਕੱਲ੍ਹ ਦੀਆਂ ਅੱਜ ਦੀਆਂ ਸੋ ਬਹੁਤ ਜ਼ਿਆਦਾ ਖੁਸ਼ ਹਾਂ ਬਿਲਕੁਲ ਖਾਸ ਤੌਰ ਤੇ ਇਹ ਕਹਿ ਸਕਦੇ ਆ ਖੁਸ਼ੀਆਂ ਸਾਂਝੀਆਂ ਜਿਹੜੀਆਂ ਕੀ ਜੀ ਬਿਲਕੁਲ ਦੇਖੋ ਬੋਲੀ ਤਾਂ ਹੋ ਗਈ ਬਟ ਬੋਲੀ ਦੇ ਇਲਾਵਾ ਹਰੀਸ਼ ਦੇ ਬਹੁਤ ਵੱਡੀ ਫੈਨ ਫੋਲੋਇੰਗ ਜੋ ਹੈ ਪੂਰੇ ਪੰਜਾਬ ਦੇ ਵਿੱਚ ਹੈ ਜਦ ਟਿੰਕਾ ਕਿਵੇਂ ਅਸੀਂ ਭੁੱਲ ਸਕਦੇ ਹਾਂ ਠੀਕ ਹੈ ਸਭ ਨੇ ਇੰਨਾ ਪਿਆਰ ਦਿੱਤਾ ਮੈਨੂੰ ਲੱਗਦਾ ਉਸ ਸੌਂਗ ਤੇ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੋਗਾ ਜਿਹਨੂੰ ਪਤਾ ਨਹੀਂ ਹੋਗਾ ਕਿ ਆਹ ਗਾਣਾ ਕਿਹੜਾ ਤੇ ਜ਼ਰੂਰ ਸਾਡੇ ਦਰਸ਼ਕਾਂ ਦੇ ਲਈ ਉਹ ਗਾਣਾ ਮੈਂ ਜ਼ਰੂਰ ਤੁਹਾਡੇ ਮੂੰਹੋਂ ਸੁਣਨਾ ਚਾਹੂੰਗੀ ਸ਼ੋਰ ਮੈਂ ਮੈਨੂੰ ਜਿਹੜੀ ਪਛਾਣ ਮਿਲੀ ਉਹ ਮਿਲੀ ਯਾਰਨ ਵੇਲੇ ਫਿਲਮ ਦੇ ਜੱਟ ਟੈਂਕੇ ਤੋਂ ਅਤੇ ਮੈਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਵੀ ਤੁਸੀਂ ਮੈਨੂੰ ਆਪਣੀਆਂ ਜ਼ਿੰਦਗੀਆਂ 'ਚ ਆਪਣੇ ਦਿਲਾਂ 'ਚ ਜਗ੍ਹਾ ਦਿੱਤੀ ਇਹਦਾ ਮੈਂ ਸਾਰੀ ਉਮਰ ਰਿਣੀ ਰਹੂੰਗਾ ਅਤੇ ਉਹ ਗਾਣਾ ਮੀਕਾ ਭਾਈ ਨੇ ਗਾਇਆ ਸੀ ਉਸ ਗਾਣੇ ਨੇ ਜਦੋਂ ਮੈਂ ਜਦੋਂ ਫਿਲਮ ਆਈ ਸੀ ਉਦੋਂ ਜਦੋਂ ਲੰਘਦਾ ਕਿਤੋਂ ਵੀ ਲੰਘਦਾ ਸੀ ਉੱਥੇ ਗਾਣਾ ਚੱਲਦਾ ਹੁੰਦਾ ਸੀ ਜੱਟ ਟਿੰਕਾ ਜੱਟ ਟਿੰਕਾ ਆਏ ਹਾਏ ਨੀ ਪ੍ਰਿੰਕਾ ਉਹਦੀਆਂ ਮੈਂ ਦੋ ਲਾਈਨਾਂ ਤੁਹਾਨੂੰ ਸੁਣਾਉਂਦਾ ਹੁਣ ਮੈਨੂੰ ਤੇਰਾ ਸਾਥ ਚਾਹੀਦਾ ਹੋਊਗਾ ਭਰਾ ਢੋਲੀ ਉਹ ਤੇਰੇ ਮੁਖੜੇ ਤੇ ਅੱਖ ਮੇਰੀ ਖੜ ਗਈ ਨੀ ਉਹ ਮੈਨੂੰ ਇਸ਼ਕੇ ਦੀ ਪੂੰਡੀ ਲੜ ਗਈ ਨੀ ਉਹ ਤੇਰੇ ਮੁਖੜੇ ਤੇ ਅੱਖ ਮੇਰੀ ਖੜ ਗਈ ਮੈਨੂੰ ਇਸ਼ਕੇ ਦੀ ਪੂੰਡੀ ਲੜ ਗਈ ਤੂੰ ਹੀ ਪੱਟਿਆ ਉਹ ਮਾਰ ਸੁੱਟਿਆ ਉਹ ਤੂੰ ਹੀ ਪੱਟਿਆ ਉਹ ਮਾਰ ਸੁੱਟਿਆ ਉਹ ਤੂੰ ਹੀ ਪੱਟਿਆ ਹਾਏ ਨੀ ਮਾਰ ਸੁੱਟਿਆ ਉਹ ਜੱਟ ਟਿੰਕਾ ਆਏ ਹਾਏ ਨੀ ਪ੍ਰਿੰਕਾ ਉਹ ਜੱਟ ਟਿੰਕਾ ਆਏ ਹਾਏ ਨੀ ਪ੍ਰਿੰਕਾ ਥੈਂਕ ਯੂ ਸੋ ਮਚ ਜੀ ਧੰਨਵਾਦ ਤੁਹਾਡਾ ਬਿਲਕੁਲ ਉਸ ਸਮੇਂ ਦੀਆਂ ਯਾਦਾਂ ਤਾਂ ਜ਼ਰੂਰ ਯਾਦ ਹੁੰਦੀਆਂ ਹੋਣੀਆਂ ਕਿ ਜੱਟ ਟਿੰਕਾ ਹਾਂ ਬੜੀਆਂ ਯਾਦ ਆਉਂਦੀਆਂ ਮੈਨੂੰ ਉਹ ਗੱਲਾਂ ਸਾਰਿਆਂ ਦੀਆਂ ਜਿੱਥੇ ਵੀ ਜਾਈਦਾ ਸੀ ਜੱਟ ਟਿੰਕਾ ਉਹ ਟਿੰਕਾ ਆ ਗਿਆ ਓਏ ਟਿੰਕਾ ਕਹਿ ਕੇ ਬੁਲਾਉਂਦੇ ਸਾਰੇ ਮੇਰਾ ਨਾਂ ਟਿੰਕਾ ਮੇਰੇ ਅਸਲੀ ਨਾਂ ਨਾਲੋਂ ਜ਼ਿਆਦਾ ਮੈਨੂੰ ਟਿੰਕਾ ਕਹਿ ਕੇ ਸੱਦਿਆ ਜਾਂਦਾ ਅਤੇ ਕਿਸੇ ਵੀ ਕਲਾਕਾਰ ਨਾਲ ਇੱਕ ਨਾਂ ਜੁੜਨਾ ਉਹਦੇ ਲਈ ਉਪਲਬਧੀ ਹੁੰਦੀ ਹੈ ਮੈਂ ਸ਼ੁਕਰਗੁਜ਼ਾਰ ਹਾਂ ਤਾਂ ਬਹੁਤ ਬਹੁਤ ਸ਼ੁਕਰੀਆ ਅਤੇ ਖਾਸ ਤੌਰ 'ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਲੱਗਣ ਜਾ ਰਹੀ ਹੈ ਡਰਾਮੇ ਵਾਲੇ ਅਤੇ ਅੱਜ ਸਾਡੇ ਵਿਹੜੇ ਦੇ ਵਿੱਚ ਡਰਾਮੇ ਵਾਲੇ ਪਹੁੰਚੇ ਸੀਗੇ ਹਾਲਾਂਕਿ ਡਰਾਮੇ ਵਾਲਿਆਂ ਤੋਂ ਅਸੀਂ ਡਰਾਮਾ ਤਾਂ ਨਹੀਂ ਕਰਵਾਇਆ ਅਸੀਂ ਬੋਲੀਆਂ ਪਵਾਈਆਂ ਅਤੇ ਕੁਝ ਕਹਿ ਸਕਦੇ ਇੱਕ ਜੱਟ ਟਿੰਕਾ ਗੀਤ ਸੀਗਾ ਜਿਹੜਾ ਉਹ ਗੀਤ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਇਆ ਜੀ ਬਿਲਕੁਲ 19 ਜਨਵਰੀ ਨੂੰ ਫਿਲਮ ਆ ਰਹੀ ਹੈ ਸਾਡੀ ਡਰਾਮੇ ਵਾਲੇ ਜ਼ਰੂਰ ਜਾਇਓ ਸਿਨੇਮਾ ਘਰਾਂ ਦੇ ਵਿੱਚ ਪੰਜਾਬੀ ਸਿਨੇਮੇ ਨੂੰ ਸਾਨੂੰ ਕਲਾਕਾਰਾਂ ਨੂੰ ਤੁਹਾਡੀ ਲੋੜ ਹੈ ਦਰਸ਼ਕਾਂ ਦੀ ਤੁਸੀਂ ਫਿਲਮਾਂ ਦੇਖਣ ਆਓਗੇ ਤਾਂ ਪੰਜਾਬੀ ਸਿਨੇਮਾ ਹੋਰ ਵਧੂਗਾ ਫੁੱਲੂਗਾ ਪ੍ਰਫੁੱਲਿਤ ਹੋਊਗਾ ਉਮੀਦ ਕਰਦੇ ਹਾਂ ਕਿ ਅਸੀਂ ਜੋ ਫਿਲਮ ਬਣਾਈ ਹੈ ਉਹ ਤੁਹਾਡੇ ਕਸਵੱਟੀ 'ਤੇ ਤੁਹਾਡੀ 'ਤੇ ਖਰੀ ਉਤਰੂਗੀ ਸਾਡੀ ਮਿਹਨਤ ਕਾਮਯਾਬ ਹੋਊਗੀ ਸ਼ਰਨ ਮੈਂ ਵੈਸੇ ਤਾਂ ਬੋਲ ਚੁੱਕੀ ਸੀ ਬਟ ਮੈਂ ਵੀ ਬਹੁਤ ਐਕਸਾਈਟਡ ਹਾਂ ਬਿਕੋਜ਼ ਮੇਰੀ ਫਸਟ ਪੰਜਾਬੀ ਕਾਮੇਡੀ ਮੂਵੀ ਹੈ ਫਸਟ ਟਾਈਮ ਮੈਂ ਲੈਂਦੇ ਪੰਜਾਬੀਆਂ ਨਾਲ ਕੰਮ ਕਰ ਰਹੀ ਹਾਂ ਫਸਟ ਟਾਈਮ ਹਰੀਸ਼ ਜੀ ਨਾਲ ਕੰਮ ਕਰ ਰਹੀ ਹਾਂ ਡਿਫਰੈਂਟ ਕੰਟੈਂਟ ਹੈ ਫੁੱਲ ਔਨ ਇੰਟਰਟੇਨਮੈਂਟ ਹੈ ਬਹੁਤ ਜ਼ਿਆਦਾ ਹਸਾਵਾਂਗੇ ਔਰ ਬਹੁਤ ਵਧੀਆ ਮੈਸੇਜ ਵੀ ਹੈ ਸੋ ਪਲੀਜ਼ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ 19 ਜਨਵਰੀ ਨੂੰ ਆਪਣੇ ਨੇੜਲੇ ਥੀਏਟਰਸ ਵਿੱਚ ਡਰਾਮੇ ਵਾਲੇ ਜ਼ਰੂਰ ਦੇਖ ਕੇ ਆਇਓ ਬਹੁਤ ਬਹੁਤ ਸ਼ੁਕਰੀਆ ਅਤੇ ਖਾਸ ਤੌਰ 'ਤੇ ਕਹਿ ਸਕਦੇ ਫਿਲਮ ਦੇਖਣਾ ਨਾ ਭੁੱਲਣਾ ਅਤੇ ਹੁਣ ਅਸੀਂ ਤੁਹਾਡੇ ਤੋਂ ਗੁਜ਼ਾਰਿਸ਼ ਚਾਹਾਂਗੇ ਕਿ ਤੁਸੀਂ ਬਹੁਤ ਆਪਣਾ ਕੀਮਤੀ ਸਮਾਂ ਜਿਹੜਾ ਸਾਡੇ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਵਿਹੜੇ ਦਿੱਤਾ ਜਦ ਵੀ ਪੰਜਾਬੀਆਂ ਦਾ ਜ਼ਿਕਰ ਹੁੰਦਾ ਹੈ ਪੰਜਾਬੀਅਤ ਦਾ ਜ਼ਿਕਰ ਹੁੰਦਾ ਹੈ ਤੇ ਭੰਗੜੇ ਤੋਂ ਬਿਨਾ ਭੰਗੜੇ ਅਤੇ ਗਿੱਧੇ ਤੋਂ ਬਿਨਾ ਸਾਰੀ ਚੀਜ਼ਾਂ ਮੈਂ ਕਹਿੰਦੀ ਹਾਂ ਕਮਲ ਅਧੂਰੀਆਂ ਹੁੰਦੀਆਂ ਨੇ ਬਿਲਕੁਲ ਦੇਖੋ ਕੋਈ ਵੀ ਤਿਉਹਾਰ ਹੋਵੇ ਚਾਹੇ ਕਹਿ ਸਕਦੇ ਨਵਾਂ ਸਾਲ ਹੋਵੇ ਵਿਸਾਖੀ ਹੋਵੇ ਲੋਹੜੀ ਹੋਵੇ ਉਸ ਦੇ ਵਿੱਚ ਪੰਜਾਬੀਆਂ ਦੀ ਜਿੰਦ ਜਾਨ ਭੰਗੜਾ ਨਾ ਹੋਵੇ ਤਾਂ ਤਿਉਹਾਰ ਐਂ ਲੱਗਦਾ ਕਿ ਤਿਉਹਾਰ ਹੀ ਨਹੀਂ ਰਿਹਾ ਪਰ ਅਸੀਂ ਆਪਣੇ ਦਰਸ਼ਕਾਂ ਨੂੰ ਆਪਣੇ ਪਰਿਵਾਰ ਨੂੰ ਕਦੇ ਨਹੀਂ ਮਹਿਸੂਸ ਕਰਾਵਾਂਗੇ ਕਿ ਇਹ ਤਿਉਹਾਰ ਕਿਤੇ ਫਿੱਕਾ ਨਾ ਹੋ ਗਏ ਸਾਡੇ ਦੇ ਨਾਲ ਸੋਹਣੇ ਗੱਭਰੂ ਨੇ ਕਹਿ ਸਕਦੇ ਆ ਟੁਰਲੇ ਵਾਲੀਆਂ ਪੱਗਾਂ ਬੰਨੀਆਂ ਨੇ ਸੋਹਣੀਆਂ ਮੁਟਿਆਰਾਂ ਵੀ ਨੇ ਤੁਸੀਂ ਮੁਟਿਆਰਾਂ ਨੂੰ ਭੁੱਲ ਰਹੇ ਹੋ ਕਮਲ ਨਹੀਂ ਦੇਖੋ ਸਾਰਿਆਂ ਦਾ ਜ਼ਿਕਰ ਜਿਹੜਾ ਕੀਤਾ ਜਾ ਰਿਹਾ ਪਰ ਜਿਹੜੇ ਕਿ ਹੁਣ ਮੰਚ ਤੇ ਆਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਗੁਜ਼ਾਰਿਸ਼ ਆ ਮੈਂ ਚਾਹੂੰਗੀ ਕਿ ਢੋਲ ਦੀ ਤਮਕਤੀ ਹੋਈ ਆਵਾਜ਼ ਦੇ ਨਾਲ ਜਿਹੜਾ ਸਾਡੇ
ਤੇ ਤੁਹਾਡਾ ਸਵਾਗਤ ਹੈ ਜੀ ਪੰਜਾਬ ਹਰਿਆਣਾ ਮਾਚਲ ਤਿਆਰੋ ਫਿਰ ਕਹਿ ਸਕਦੇ ਆ ਲੋਹੜੀ ਦੇ ਤਿਉਹਾਰ ਤੇ ਸਾਡੇ ਦਰਸ਼ਕਾਂ ਨੂੰ ਪਰਿਵਾਰ ਨੂੰ ਖੁਸ਼ ਕਰਨਾ ਬਿਲਕੁਲ ਜੀ ਬਿਲਕੁਲ ਕਹਿੰਦੇ ਕੋਈ ਵੀ ਤਿਆਰ ਫਿੱਕਾ ਹੁੰਦਾ ਭੰਗੜਾ ਨਾ ਹੋਵੇ ਭੰਗੜਾ ਜਿੰਦ ਜਾਨ ਅੱਜ ਬਿਲਕੁਲ ਜੀ ਭੰਗੜੇ ਤੋਂ ਬਿਨਾ ਕੁਛ ਕੋਈ ਤਿਉਹਾਰ ਪੂਰਾ ਨਹੀਂ ਹੋ ਸਕਦਾ ਬਿਲਕੁਲ ਤਾਂ ਖਾਸ ਤੌਰ ਤੇ ਹੁਣ ਅਸੀਂ ਜਿਹੜਾ ਦੇਖਾਂਗੇ ਜੋ ਭੰਗੜਾ ਢੋਲ ਦੀ ਜੋ ਪੂਰੀ ਆਵਾਜ਼ ਹੋਵੇਗੀ ਨਾਲ ਸੋਹਣੇ ਸੋਹਣੇ ਗੱਭਰੂ ਅਤੇ ਮਟਿਆਰਾਂ ਭੰਗੜਾ ਪਾਉਂਦੇ ਹੋਏ ਦਿਖਾਈ ਦੇਣਗੇ चंडीगढ़ यूनिवर्सिटी का भंगड़ा ग्रुप बहुत ही खास है ਇਹ ਸਿਰਫ ਪੰਜਾਬ ਦੇ ਕਲਚਰ ਨੂੰ ਨਹੀਂ ਦਿਖਾਉਂਦੇ ਬਲਕਿ ਪੰਜਾਬ ਦੇ ਕਲਚਰ ਨੂੰ ਇੰਟਰਨੈਸ਼ਨਲ ਲੈਵਲ ਤੇ ਜੋ ਉਹ ਵੀ ਦਿਖਾਉਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕਿਵੇਂ ਗੱਭਰੂ ਤੇ ਮੁਟਿਆਰਾਂ ਤਿਆਰ ਹੋ ਕੇ ਤੇ ਪਹੁੰਚੇ ਨੇ ਤੇ ਅੱਜ ਇੱਥੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਵਿਹੜੇ ਦੇ ਵਿੱਚ ਅੱਜ ਪਰਫਾਰਮ ਕਰਨਗੇ ਤਾਂ ਕਹਿ ਸਕਦੇ ਖਾਸ ਪੇਸ਼ਕਸ਼ ਜੋ ਕਹਿ ਸਕਦੇ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਉਹਨਾਂ ਗੱਭਰੂਆਂ ਵੱਲੋਂ ਕਹਿ ਸਕਦੇ ਆ ਹੁਣ ਦਿਖਾਈ ਜਾਵੇਗੀ ਕਿਉਂਕਿ ਜੋ ਸੋਹਣੇ ਸੋਹਣੇ ਕੱਪੜੇ ਕਹਿ ਸਕਦੇ ਆ ਉਹ ਸਜਾ ਕੇ ਇਹ ਤੁਰਲੇ ਵਾਲੀਆਂ ਪੱਗਾਂ ਸਜਾ ਕੇ ਅੱਜ ਵਿਹੜੇ ਪਹੁੰਚੇ ਨੇ ਅਤੇ ਹੁਣ ਖਾਸ ਪੇਸ਼ਕਸ਼ ਜਿਹੜੀ ਪਹਿਲਾਂ ਢੋਲ ਦੀ ਬੇਸ ਤੇ ਭੰਗੜਾ ਪਾਇਆ ਸੀ ਅਤੇ ਹੁਣ ਆਪਣੇ ਜੋ ਸੰਗੀਤ ਆ ਸੰਗੀਤ ਦੀਆਂ ਧੁਨਾਂ ਤੇ ਜਿਹੜਾ ਭੰਗੜਾ ਪਾਇਆ ਜਾਵੇਗਾ ਮੈਂ ਗੁਜ਼ਾਰਿਸ਼ ਕਰਾਂਗਾ ਸਰਬੰਸ ਪ੍ਰਤੀਕ ਨੂੰ ਕਹਿ ਸਕਦੇ ਲੋਕ ਗੀਤ ਨੇ ਬਹੁਤ ਵਧੀਆ ਗੀਤ ਕਹਿ ਸਕਦੇ ਗਾਉਂਦੇ ਨੇ ਬਿਲਕੁਲ 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 ਕਮਲਦੀਪ ਬਿਲਕੁਲ ਸਰਬੰਸ ਪ੍ਰਤੀਕ ਸਾਡੇ ਵਿੱਚ ਪਹੁੰਚੇ ਨੇ ਪੰਜਾਬ ਦੀ ਸ਼ਾਨ ਨੇ ਅਖਾੜੇ ਲਾਉਂਦੇ ਹੋਏ ਅਸੀਂ ਇਹਨਾਂ ਨੂੰ ਦੇਖਿਆ ਅੱਜ ਕਹਿ ਸਕਦੇ ਹਾਂ ਸਾਡੀ ਬਹੁਤ ਹੀ ਮੁਕੱਦਰ ਵਾਲੀ ਗੱਲ ਹੈ ਕਿ ਸਾਡੇ ਵਿਹੜੇ ਦੇ ਵਿੱਚ ਪਹੁੰਚੇ ਨੇ ਤੇ ਸਾਡੇ ਦਰਸ਼ਕਾਂ ਦਾ ਜਿਹੜਾ ਅੱਜ ਮਨੋਰੰਜਨ ਕਰਨਗੇ ਪ੍ਰਤੀਕ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਇੱਕ ਤਾੜੀ ਮੈਂ ਤਾਂ ਮੁੰਡਿਆਂ ਅਤੇ ਕੁੜੀਆਂ ਲਈ ਲਾਊਂਗਾ ਕਿਉਂਕਿ ਐਡੀ ਠੰਡ ਦੇ ਵਿੱਚ ਵੀ ਭੰਗੜਾ ਪਾਇਆ ਅਤੇ ਬਹੁਤ ਸੋਹਣੀ ਗੱਲ ਹੈ ਅਤੇ ਤੁਸੀਂ ਪੰਜਾਬ ਦਾ ਸੱਭਿਆਚਾਰ ਬਚਾ ਰਹੇ ਹੋ ਪੰਜਾਬ ਦੀ ਬੋਲੀ ਬਚਾ ਰਹੇ ਹੋ ਪੰਜਾਬ ਦਾ ਪਹਿਰਾਵਾ ਬਚਾ ਰਹੇ ਹੋ ਸੋ ਇਸ ਵਾਸਤੇ ਵੀ ਇਹਨਾਂ ਨੂੰ ਮੁਬਾਰਕਬਾਦ ਬਿਲਕੁਲ ਲੋਹੜੀ ਦੀਆਂ ਵੀ ਸਾਰਿਆਂ ਨੂੰ ਮੁਬਾਰਕ ਬਿਲਕੁਲ ਮੈਂ ਉਹੀ ਕਹਿ ਰਿਹਾ ਸੀਗਾ ਕਿ ਪਹਿਰਾਵਾ ਉਹ ਕਿਸੇ ਦੇ ਕਦੇ ਕਦੇ ਖਤਮ ਹੁੰਦਾ ਜਾਂਦਾ ਪਰ ਨੌਜਵਾਨਾਂ ਨੇ ਗੱਭਰੂ ਮੁਟਿਆਰਾਂ ਨੌਜਵਾਨਾਂ ਨੇ ਇਹ ਉਹ ਪਹਿਰਾਵਾ ਸੰਭਾਲ ਕੇ ਰੱਖਿਆ ਚਲੋ ਪਹਿਰਾਵੇ 'ਤੇ ਵੀ ਗੱਲ ਹੋਈ ਪਰ ਲੋਹੜੀ ਦਾ ਤਿਉਹਾਰ ਆ ਸੁੱਕਾ ਨਹੀਂ ਜਾਣ ਦੇਣਾ ਬੋਲੀਆਂ ਦੀ ਜਿਹੜੀ ਬੀਟ ਹੈ ਤੇ ਆਹ ਸਾਰਾ ਸਟਾਫ ਸਾਡਾ ਖੜਾ ਸਟਾਫ ਸਾਰਾ ਸਟਾਫ ਸਾਰੇ ਨੱਚਣੇ ਚਾਹੀਦੇ ਸਟਾਫ ਨੂੰ ਮੈਂ ਇੱਥੋਂ ਹੀ ਨਚਾਲਣਾ ਉਹ ਇਹਨਾਂ ਇੱਕ ਪੰਜਾਬ ਦੇ ਵਿੱਚ ਸਾਡੇ ਬੋਲੀ ਹੈ ਕਹਿੰਦਾ ਵੀ ਜਿਹੜੀ ਗੱਦਾ ਨਾ ਪਾਵੇ ਰੰਨ ਬਾਬੇ ਦੀ ਹੁਣ ਜੇ ਤਾਂ ਭਾਈ ਇਹ ਬਾਬੇ ਦੀਆਂ ਰੰਨਾਂ ਨੇ ਫੇਰ ਤਾਂ ਉੱਥੇ ਖੜੇ ਰਹੋ ਜੇ ਨਹੀਂ ਉਹਦਾ ਆ ਜਾਓ ਉਹ ਕਿੱਦਾਂ ਉਹ ਕਹਾਣੀ ਕਿੱਦਾਂ ਸਰ ਮੈਂ ਉਹ ਤੁਹਾਨੂੰ ਸੁਣਾਉਣਾ ਕਹਿੰਦਾ ਕਿ ਜੇ ਘਰ ਵਿੱਚ ਰੋਟੀ ਪੱਕਦੀ ਹੋਵੇ ਜੇ ਘਰ ਵਿੱਚ ਰੋਟੀ ਪੱਕਦੀ ਹੋਵੇ ਕਿਉਂ ਖਾਈਏ ਢਾਬੇ ਦੀ ਉਹ ਜਿਹੜੀ ਗਿੱਦਾ ਨਾ ਪਾਵੇ ਰੰਨ ਬਾਬੇ ਦੀ ਜਿਹੜੀ ਗਿੱਦਾ ਨਾ ਪਾਵੇ ਰੰਨ ਬਾਬੇ ਦੀ ਜਿਹੜੀ ਗਿੱਦਾ ਨਾ ਪਾਵੇ ਰੰਨ ਬਾਬੇ ਦੀ ਉਹ ਜੇ ਮੁੰਡੇ ਆਵੇ ਮੈਨੂੰ ਨੱਚਦੀ ਵੇਖਣਾ ਜੇ ਮੁੰਡੇ ਆਵੇ ਮੈਨੂੰ ਨੱਚਦੀ ਵੇਖਣਾ ਗੜਬਾ ਲੈ ਦੇ ਚਾਂਦੀ ਦਾ ਵੇ ਲੱਕ ਹਿੱਲੇ ਮਜਾਜਣ ਚਾਂਦੀ ਦਾ ਵੇ ਲੱਕ ਹਿੱਲੇ ਮਜਾਜਣ ਚਾਂਦੀ ਦਾ ਵੇ ਲੱਕ ਹਿੱਲੇ ਮਜਾਜਣ ਚਾਂਦੀ ਦਾ ਅੱਛੇ ਦਾ ਜਵਾਬ ਵੀ ਆਵੇ ਉਹ ਅਸਾਂ ਕੁੜੀਏ ਨਾ ਤੇਰੀ ਤੋਰ ਨੀ ਵੇਖਣੀ ਅਸਾਂ ਕੁੜੀਏ ਨਾ ਤੇਰੀ ਤੋਰ ਨੀ ਵੇਖਣੀ ਅੱਗ ਲਾਉਣਾ ਗੜਬਾ ਚਾਂਦੀ ਦਾ ਲੱਕ ਟੁੱਟੇ ਜੂਹਲਾ ਰੇਖਾ
ਹਲਾਰੇ ਖਾਂਦੀ ਦਾ ਸਰਪੰਚ ਇਧਰੋਂ ਤਾਂ ਬਹੁਤ ਬੋਲੀਆਂ ਹੋ ਗਈਆਂ ਉਧਰਲੇ ਪਾਸੇ ਮਾਹੌਲ ਠੰਡਾ ਹਜੇ ਮਾਹੌਲ ਸਰ ਦੇਖੋ ਜੀ ਮਰਦ ਤੇ ਘੋੜਾ ਕਦੇ ਬੁੜਾ ਨਹੀਂ ਹੁੰਦਾ ਹੁਣ ਤੁਸੀਂ ਆਪਣੇ ਆਪ ਦੇਖੋ ਆ ਜਾਓ ਵਿੱਚ ਮੈਦਾਨ ਦੇ ਆ ਜਾਓ ਜੀ ਉਹ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ਅੱਛਾ ਸਰ ਇੱਕ ਹੋਰ ਗੱਲ ਆਈ ਹੁਣ ਇਹ ਹੁਣ ਪੁਰਾਣੀ ਗੱਲ ਹੋ ਗਈ ਲੌਂਗ ਵਾਲੀ ਅੱਜ ਕੱਲ੍ਹ ਵਾਲੀ ਮਾਡਰਨ ਕੁਛ ਚੇਂਜ ਹੋ ਗਿਆ ਉਹ ਬੋਲੀ ਵੀ ਚੇਂਜ ਹੋ ਗਈ ਹਾਂਜੀ ਉਹ ਹੁਣ ਗੱਲ ਵੀ ਚੇਂਜ ਹੋ ਗਈ ਕਹਿੰਦਾ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਫੋਨ ਗਵਾਚਾ ਨਿਗਾ ਮਾਰਦਾ ਆਈ ਵੇ ਮੇਰਾ ਫੋਨ ਗਵਾਚਾ ਕੇ ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆ ਸੂਹੇ ਕਿਆ ਬਾਤ ਹੈ ਮੋੜਨ ਆ ਗਿਆ ਸੂਹੇ ਵਿੱਚ ਚੀਰੇ ਵਾਲਿਆ ਮੈਂ ਕਹਿਨੀ ਆ ਸੂਹੇ ਵਿੱਚ ਚੀਰੇ ਵਾਲਿਆ ਮੈਂ ਕਹਿਨੀ ਆ ਓਏ ਆ ਜਾ ਮਿਲਣ ਮੋਹਾਲੀ ਇੱਥੇ ਹੀ ਰਹਿਣੀ ਆ ਡਬਲ ਬੀਟ ਦੇ ਤਾਂ ਭੰਗੜੇ ਵਾਲੇ ਗੱਭਰੂ ਅੱਗੇ ਕਰਦੀ ਹੈ ਇੱਕ ਵਾਰੀ ਮੈਂ ਕਹਿਣਾ ਫਿਰ ਨਾਲ ਬੀਟ ਵੀ ਚੱਲਦੀ ਰਹੇਗੀ ਭੰਗੜਾ ਵੀ ਪੈਂਦਾ ਰਹੇਗਾ ਨਾਲ ਓ ਮੇਰੀ ਜੁਗਨੀ ਦੇ ਧਾਗੇ ਪੱਗੇ ਜੁਗਨੀ ਆਉਂਦੇ ਮੂੰਹੋਂ ਓ ਜੁਗਨੀ ਆਉਂਦੇ ਮੂੰਹੋਂ ਫੱਬੇ ਜਿਹਨੂੰ ਸੱਟ ਇਸ਼ਕ ਦੀ ਆ ਓ ਜਿਹਨੂੰ ਸੱਟ ਇਸ਼ਕ ਦੀ ਲੱਗੇ ਓ ਵੀਰ ਮੇਰੇ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਾਈ ਦਾ ਨਾਮ ਰੱਬ ਦਾ ਓ ਨਾਮ ਅੱਲਾ ਦਾ ਲੈਂਦੀ ਆ ਕਦੇ ਹੂੰ ਕਰਕੇ ਕਦੇ ਕਦੇ ਹੂੰ ਉਹ ਗੇੜਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਗੇੜਾ ਦੇ ਦੇ ਨੀ ਮਟਿਆਰੇ ਲੰਮੀ ਉਹ ਗੇੜਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰ ਇਹਨਾਂ ਨੇ ਹੁਣ ਤੁਹਾਨੂੰ ਸਵਾਲ ਪਾਇਆ ਨਾ ਵੀ ਗੇੜਾ ਦੇ ਨੀ ਮਟਿਆਰੇ ਲੰਮੀ ਜਵਾਬ ਸੁਣ ਲਓ ਫਿਰ ਉਹ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਏਦਾਂ ਨੀ ਨਾ ਇਹ ਤਾਂ ਇਹਨਾਂ ਦੀ ਗੱਲ ਸੀ ਨਾ ਮੈਂ ਹੂੰ ਕਰਨੀ ਨਾ ਮੈਂ ਹਾਂ ਕਰਨੀ ਨਾ ਮੈਂ ਹੂੰ ਕਰਨੀ ਨਾ ਮੈਂ ਹਾਂ ਕਰ ਉਹ ਗੇੜਾ ਦਿਉਂਗੀ ਪਰ ਲੰਮੀ ਨਹੀਂ ਉਹ ਬਾਹ ਕਰਨੀ ਗੇੜਾ ਦਿਉਂਗੀ ਪਰ ਲੰਮੀ ਨਹੀਂ ਉਹ ਗੇੜਾ ਦਿਉਂਗੀ ਪਰ ਲੰਮੀ ਨਹੀਂ ਉਹ ਬਾਹ ਕਰਨੀ ਤਾਂ ਬਿਲਕੁਲ ਹੋਰ ਵੀ ਬੋਲੀਆਂ ਲਗਾਤਾਰ ਚੱਲਦੀਆਂ ਰਹਿਣਗੀਆਂ ਪ੍ਰਤੀਕ ਦੇਖੋ ਸਾਹ ਚੜ੍ਹ ਜਾਣਾ ਚਾਹੀਦਾ ਕਿਸੇ ਦੀ ਬੋਲੀ ਨਹੀਂ ਰੁਕਣੀ ਚਾਹੀਦੀ ਕੋਈ ਵੀ ਨੱਚਣੋਂ ਨਾ ਰਹਿ ਜੇ ਨਹੀਂ ਨੱਚਣ ਕਹਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਦਿੰਦੇ ਹੋਏ ਲੱਗਦੇ ਆ ਟਾਕਰੇ ਵਾਲੀ ਗੱਲ ਨਹੀਂ ਆ ਪੰਜਾਬੀਆਂ ਦੇ ਖੂਨ ਚ ਬੋਲੀਆਂ ਅੱਛਾ ਇਹ ਤਾਂ ਮੜੀ ਚਿੰਗਾਰੀ ਲੱਗਣੀ ਚਾਹੀਦੀ ਆ ਬੋਲੀ ਤੇ ਬੋਲੀ ਆ ਕਿ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਯਾਰੀ ਭਾਈ ਬਾਪੂ ਨੇ ਪੁੱਤ ਪੜਨ ਭੇਜਿਆ ਓ ਭਾਈ ਬਾਪੂ ਨੇ ਪੁੱਤ ਪੜਨ ਭੇਜਿਆ ਪੜ ਕੇ ਲੱਗੂ ਪਟਵਾਰੀ ਉਸ ਪਿੰਡੋਂ ਦੀ ਲੰਘਦੀ ਸੀ ਇੱਕ ਰੋਡਵੇਜ ਦੀ ਲਾਰੀ ਭਾਈ ਉਰਲੇ ਪਾਸੋਂ ਆਪਸੀ ਚੜਦਾ ਆ ਜਿਹੜਾ ਵੀਰਾ ਸਾਡਾ ਮੁੱਛਾਂ ਨੂੰ ਵੱਟ ਦੇ ਰਿਹਾ ਨਾ ਇਹ ਤੇ ਬੋਲੀ ਓਏ ਉਰਲੇ ਪਾਸੋਂ ਆਪਸੀ ਚੜਦਾ ਪਰਲੇ ਪਿੰਡ ਤੋਂ ਕੁੜੀ ਇੱਕ ਵਾਰੀ ਫੇਰ ਦੱਸੋ ਪੜਨਾ ਕੀਨੇ ਸੀ ਲਾਗੀ ਇਸ਼ਕ ਖਮਾਰੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ ਕਦੇ ਆਇਆ ਕਰੋ ਕਦੇ ਜਾਇਆ ਕਰੋ ਕਦੇ ਆਇਆ ਕਰੋ ਕਦੇ ਉਹ ਪੱਤੇ ਤੋੜ ਤੋੜ ਸੀਟੀਆਂ ਵਜਾਇਆ ਕਰੋ ਮੈਂ ਕਟੋਲਾ ਵੇ ਢੋਲਾ ਵਾਹ ਜੀ ਵਾਹ ਇਹ ਤਾਂ ਸਾਰੇ ਸੁਰ ਚ ਦੇਖ ਲਓ ਬੰਦੇ ਕੁਦਰਤੀ ਗੱਲ ਹੈ ਸਾਡੀ ਫੋਕ ਚੀਜ਼ਾਂ ਦੀ ਗੱਲਬਾਤ ਹੀ ਐਸੀ ਹੈ ਅੰਦਰੋਂ ਨਿਕਲਦੀਆਂ ਆਪੇ ਸੁਰ ਚ ਹੋਣਗੀਆਂ
ਕਹਿੰਦਾ ਢੋਲਾ ਵੇ ਢੋਲਾ ਮੈਂ ਕਿਹਾ ਢੋਲਾ ਵੇ ਢੋਲਾ ਬਾਜ਼ਾਰ ਬਕੇਂਦੀ ਖੰਡ ਓਏ ਬਾਜ਼ਾਰ ਬਕੇਂਦੀ ਖੰਡ ਓਏ ਤੂੰ ਮਿਸ਼ਰੀ ਤੇ ਮੈਂ ਗੁਲਕੰਦ ਓਏ ਤੂੰ ਮਿਸ਼ਰੀ ਤੇ ਮੈਂ ਗੁਲਕੰਦ ਓਏ ਦੋਵੇਂ ਚੀਜ਼ਾਂ ਮਿੱਠੀਆਂ ਮੈਂ ਕਿਹਾ ਦੋਵੇਂ ਚੀਜ਼ਾਂ ਮਿੱਠੀਆਂ ਹਾਏ ਮੈਂ ਕਿਹਾ ਦੋਵੇਂ ਚੀਜ਼ਾਂ ਮਿੱਠੀਆਂ ਹਾਏ ਢੋਲਾ ਕਹਿੰਦਾ ਢੋਲਾ ਵੇ ਢੋਲਾ ਐਨਰਜੀ ਘੱਟ ਗਈ ਨਹੀਂ ਨਹੀਂ ਆਪਾਂ ਘਟਣ ਦੇਣੀ ਨਹੀਂ ਇਹਨਾਂ ਦੀ ਐਨਰਜੀ ਉਹੀ ਮੈਂ ਕਹਿ ਰਿਹਾ ਭਰ ਕੇ ਆਓ ਕਿ ਢੋਲਾ ਵੇ ਢੋਲਾ 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 ਵੇ ਢੋਲਾ ਬਾਜ਼ਾਰ ਬਕੇਂਦਾ ਫੀਤਾ ਬਾਜ਼ਾਰ ਬਕੇਂਦਾ ਫੀਤਾ ਪਹਿਲਾਂ ਹੱਸ ਕੇ ਇਸ਼ਾਰਾ ਕੀਤਾ ਵੇ ਮੈਂ ਹੁਣ ਪਛਤਾਉਣੀ ਆ ਮੈਂ ਕਿਹਾ ਹੁਣ ਪਛਤਾਉਣੀ ਆ ਮੈਂ ਕਿਹਾ ਹੁਣ ਪਛਤਾਉਣੀ ਆ ਹਾਏ ਢੋਲਾ ਉਹ ਤੇਰੇ ਕਰਕੇ ਚੜਿਆ ਕਿੱਕਰ ਤੇ ਤੂੰ ਦਾ ਤੜਨਾ ਕੀਤੀ ਉਹ ਪਾਸਾ ਵੱਟ ਕੇ ਲੰਘ ਗਈ ਕੋਲ ਦੀ ਉਹ ਪਾਸਾ ਵੱਟ ਕੇ ਲੰਘ ਗਈ ਕੋਲ ਦੀ ਬੱਲੀਏ ਤੂੰ ਚੁੱਪ ਕੀਤੀ ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਨੀ ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਨੀ ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਨੀ ਲਾ ਕੇ ਤੋੜ ਗਈ ਹੈ ਤਾਕਦੇ ਨਾਗਾ ਏ ਹਾ ਏ ਹਾ ਏ ਹਾ ਓ ਬਈ ਰਾਇਆ 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 ਰਾਹੇ ਰਾਹੇ ਜਾਂਦੀ ਨੂੰ ਮੈਨੂੰ ਰਾਹ ਚੋ ਗੁਲਗਲਾ ਥਿਆਇਆ ਅੱਧਾ ਤਾਂ ਮੈਂ ਆਪ ਖਾ ਲਿਆ ਓ ਬਈ ਅੱਧਾ ਤਾਂ ਮੈਂ ਆਪ ਖਾ ਲਿਆ ਅੱਧਾ ਜੱਟ ਦੇ ਹੱਥ ਫੜਾਇਆ ਵੀ ਜੱਟ ਨੇ ਤਾਂ ਨਾ ਕਰਤੀ ਕਹਿੰਦਾ ਮੈਂ ਨੀ ਖਾਣਾ ਓ ਜੱਟ ਨੇ ਤਾਂ ਨਾ ਕਰਤੀ ਮੈਂ ਖਿੱਚ ਕੇ ਲਫੇੜਾ ਲਾਇਆ ਵੀ ਜੱਟ ਦਾ ਗੁੱਸਾ ਕਰ ਗਿਆ ਓ ਬਈ ਜੱਟ ਤਾਂ ਗੁੱਸਾ ਕਰ ਗਿਆ ਸਾਰੀ ਰਾਤ ਨਾ ਆਇਆ ਡੰਗਰਾਂ ਦੀ ਖੁਰਲੀ ਵਿੱਚੋਂ ਕੰਨੇ ਚੂਪਦਾ ਥਿਆਇਆ ਡੰਗਰਾਂ ਦੀ ਖੁਰਲੀ ਵਿੱਚੋਂ ਕੰਨੇ ਚੂਪਦਾ ਥਿਆਇਆ ਡੰਗਰਾਂ ਦੀ ਖੁਰਲੀ ਵਿੱਚੋਂ ਜੱਗ ਜੰਮਿਆ ਤੇ ਮਿਲਣ ਵਧਾਈਆਂ ਜੱਗ ਜੰਮਿਆ ਜੰਮਿਆ ਤੇ ਮਿਲਣ ਵਧਾਈਆਂ ਉਹ ਵੱਡਾ ਹੋਇਆ ਡਾਕੇ ਮਾਰਦਾ ਪੂਰਨਾ ਪੂਰਨਾ ਉਹ ਮਾਂ ਕੋਲੋਂ ਵਿਛੜ ਕੇ ਆਵੇ ਪੁੱਤ ਸੂਰਮਾ ਮਾਂ ਕੋਲੋਂ ਵਿਛੜ ਕੇ ਆਵੇ ਪੁੱਤ ਸੂਰਮਾ ਮਾਂ ਕੋਲੋਂ ਵਿਛੜ ਕੇ ਆਵੇ ਪੁੱਤ ਸੂਰਮਾ ਉਹ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਸ਼ੇਰ ਧੀ ਵਿਆਈ ਉਹ ਸ਼ੇਰ ਸੱਕਰ ਪਾਈ ਕੁੜੇ ਦਾ ਲਾਲ ਪਟਾਕਾ ਕੁੜੀ ਦਾ ਸਾਲੂ ਪਾਟਾ ਉਹ ਸਾਲੂ ਕੌਣ ਸਮੇਟੇ ਕੁੜੀ ਦਾ ਜੀਵੇ ਚਾਚਾ ਉਹ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਦੀ ਧੀ ਵਿਆਈ ਉਹ ਸ਼ੇਰ ਸੱਕਰ ਪਾਈ ਕੁੜੀ ਦਾ ਸਾਲੂ ਪਾਟਾ ਕੁੜੀ ਦਾ ਜੀਵੇ ਚਾਚਾ ਕੁੜੀ ਦਾ ਜੀਵੇ ਚਾਚਾ ਕੇ ਆਈ ਬਾਬਾ ਨਾਨਕਾ ਨਾ ਜਾਈ ਬਾਬਾ ਨਾਨਕਾ ਆਈ ਬਾਬਾ ਨਾਨਕਾ ਨਾ ਜਾਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਕੇ ਬਾਰੀ ਬਰਸੀ ਖੱਟਣ ਗਿਆ ਸੀ ਖਟਕੇ ਲਿਆਂਦਾ ਉਹ ਬਾਰੀ ਬਰਸੀ ਖੱਟਣ ਗਿਆ ਸੀ ਖਟਕੇ ਲਿਆਂਦਾ ਪੂਰਾ ਕਿ ਹੁਣ ਸਾਨੂੰ ਮਾਫ ਕਰੋ ਓਏ ਟਾਈਮ ਹੋ ਗਿਆ ਪੂਰਾ ਕਿ ਹੁਣ ਸਾਨੂੰ ਮਾਫ ਕਰੋ ਸਾਡਾ ਟਾਈਮ ਹੋ ਗਿਆ ਪੂਰਾ ਕਿ ਹੁਣ ਸਾਨੂੰ ਮਾਫ ਕਰੋ ਹੈਪੀ ਲੋਹੜੀ ਤਾਂ ਹੁਣ ਸਮਾਂ ਹੋ ਗਿਆ ਪੂਰਾ ਇਜਾਜ਼ਤ ਨਹੀਂ ਦਿੰਦਾ ਤਾਂ ਖਾਸ ਤੌਰ 'ਤੇ ਸਾਰੇ ਪਰਿਵਾਰ ਨੂੰ ਸਾਰੇ ਦਰਸ਼ਕਾਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਬਿਲਕੁਲ ਇਹ ਸੀਗਾ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਮੰਚ ਤੋਂ ਸਾਡੇ ਸਾਰੇ ਹੀ ਦਰਸ਼ਕਾਂ ਦੇ ਲਈ ਇੱਕ ਲੋਹੜੀ ਦੀ ਖਾਸ ਪੇਸ਼ਕਸ਼ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਾਲ ਤੁਹਾਡੇ ਸਾਰੇ ਦੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਖੁਸ਼ੀਆਂ ਅਤੇ ਵਧੀਆ ਸਿਹਤ ਲੈ ਕੇ ਆਊਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੱਸ ਮੇਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ ਬਈ ਸਹੁਰਾ ਮੇਰਾ ਪੂਜਣ ਲੱਗਾ ਉਹ ਸਹੁਰਾ ਮੇਰਾ ਪੂਜਣ ਲੱਗਾ ਲੈ ਕੇ ਲਾਲ ਫੁਲਕਾਰੀ ਜੋਤ ਜਗਾਉਂਦੇ ਨੇ ਦਾੜੀ ਫੂਕਲੀ ਸਾਰੀ 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 ਜੋਤ ਬਈ ਉਰਲੇ ਪਾਸੋਂ ਆਪਸੀ ਚੜਦਾ ਪਰਲੇ ਪਿੰਡ ਤੋਂ ਕੁੜੀ ਇੱਕ ਵਾਰੀ ਫੇਰ ਦੱਸੋ ਪੜ੍ਹਨਾ ਕੀਨੇ ਸੀ
ओ फेर दसो पढ़ना कीने सी लागी इश्क खमारी फेल कराता नी बापू दा पटवारी फेल कराता नी बापू दा पटवारी फेल कराता नी ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਵਿਹੜ ਦੇ ਵਿੱਚ ਵੀ ਲੋਹੜੀ ਦੇ ਮੌਕੇ ਖੂਬ ਰੌਣਕ ਲੱਗੀ ਹੈ ਕਿਉਂਕਿ ਅਸੀਂ ਖਬਰਾਂ ਵਾਲੇ ਹਾਂ ਜੀ ਅਤੇ ਖਬਰਾਂ ਵਾਲਿਆਂ ਦੇ ਸਾਰੇ ਤਿਉਹਾਰ ਇੱਦਾਂ ਹੀ ਨਿਊਜ਼ ਰੂਮਸ ਦੇ ਵਿੱਚ ਜਾਂ ਦਫ਼ਤਰਾਂ ਦੇ ਵਿਹੜੇ ਦੇ ਵਿੱਚ ਮਨਾਏ ਜਾਂਦੇ ਨੇ ਅਸੀਂ ਅਰਦਾਸ ਕਰਦੇ ਹਾਂ ਕਿ ਲੋਹੜੀ ਸਭ ਦੇ ਲਈ ਅਤਾ ਲੈ ਕੇ ਆਏ ਸ਼ਿਫਾ ਲੈ ਕੇ ਆਏ ਅਤੇ ਪਰਮਾਤਮਾ ਸਭ ਨੂੰ ਅਤਾ ਫਰਮਾਏ ਫਿਲਹਾਲ ਇਸ ਖਾਸ ਪੇਸ਼ਕਸ਼ ਦੇ ਵਿੱਚ ਨਹੀਂ ਤੁਸੀਂ ਬਣੇ ਰਹੋ ਸਾਡੇ ਨਾਲ ਫਿਲਹਾਲ ਲਈ ਧੰਨਵਾਦ